ਕਿਸੇ ਵੀ ਪ੍ਰਕਾਰ ਦੀ ਜਿਹੜੀ ਖਾਰਿਸ਼ ਖੁਜਲੀ ਚਾਹੇ ਜਿਵੇਂ ਖੁਰਕ ਜਿਹਨੂੰ ਕਹਿ ਸਕਦੇ ਆ ਆਪਾਂ ਸਕਿਨ ਪ੍ਰੋਬਲਮ ਆ ਉਹ ਜਿਹੜੀ ਠੀਕ ਹੋ ਜਾਏਗੀ ਇਹਦੀ ਇੱਕ ਭੁਰਜੀ ਖਾਣ ਦੇ ਨਾਲ ਜੇ ਤੁਸੀਂ ਭੁਰਜੀ ਨਹੀਂ ਖਾਣੀ हर जगह पाया जाता वा कल्ले पंजाब दे विच नहीं राजस्थान दे विच भी हुंदा है होर कई जगह ते हुंदा है तारामीरा इहदी खेती भी हुंदी है तारामीरा दी ते कई लोग इहनु शौक नाल बीजदे ने कई लोग इहदे फायदे जानदे आ तां बीजदे ने ਇਹਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਤੇ ਇਹ ਤੁਹਾਨੂੰ ਆਪਾਂ ਪਛਾਣ ਕਰਾ ਦਿੰਨੇ ਤਾਰਾਮੀਰਾ ਦੀ ਇਹ ਦੇਖੋ ਇਹਦੇ ਥੋੜੇ ਪੱਤੇ ਜਿਹੜੇ ਆ ਸਰੋਂ ਦੇ ਗੋਲ ਹੁੰਦੇ ਆ ਇਹਦੇ ਕਟਾਵਾਂ ਵਾਲੇ ਹੁੰਦੇ ਆ ਤੁਸੀਂ ਦੇਖ ਸਕਦੇ ਆ ਦੇਖੋ ਇਦਾਂ ਦੇ ਇਹਦੇ ਕਟਾਂ ਬਣੇ ਹੁੰਦੇ ਆ ਤੇ ਫੁੱਲ ਜਿਹੜੇ ਦਿੰਦੇ ਆ ਇਹ ਦੇਖੋ ਕੱਚਾ ਪੀਲਾ ਜਿਹਾ ਦਾ ਕਲਰ ਹੁੰਦਾ ਫੁੱਲ ਦਾ ਸਰੋਂ ਦਾ ਜਿਹੜਾ ਪੀਲਾ ਰੰਗ ਹੁੰਦਾ ਵਾ ਤੁਹਾਨੂੰ ਸਾਈਡ ਤੇ ਸਕਰੀਨ ਤੇ ਦਿਖਦਾ ਵੀ ਹੋਊਗਾ ਜਿਹੜੀ ਆਪਾਂ ਵੀਡੀਓ ਚਲਾਈ ਆ ਇਹ ਹੁੰਦਾ ਜੀ ਕੱਚਾ ਪੀਲਾ ਇਹ ਆਪਾਂ ਤੁਹਾਨੂੰ ਸਾਰੀ ਪਛਾਣ ਕਰਾ ਦਿੱਤੀ ਹੈ ਦੇਖੋ ਤਾਰਾਮੀਰੇ ਦੀ ਇਹਦਾ ਬੂਟਾ ਹੁੰਦਾ ਸੇਮ ਹੀ ਸਰੋਂ ਵਰਗਾ ਤੇ ਜਦੋਂ ਪੱਤ ਜਾਂਦੀ ਹੈ ਸਰੋਂ ਤੇ ਜਿਵੇਂ ਉਹਨੂੰ ਫਲੀ ਪੈਂਦੀ ਆ ਇਦਾਂ ਹੀ ਇਹਨੂੰ ਥੋੜੀ ਜਿਹੀ ਮੂੰਗਰੇ ਵਾਂਗੂ ਮੋਟੀ ਮੋਟੀ ਫਲੀ ਪੈਂਦੀ ਆ ਤੇ ਜਿਹੜਾ ਇਹਦਾ ਬੀ ਹੁੰਦਾ ਉਹ ਵੀ ਸਰੋਂ ਵਾਂਗੂ ਹੀ ਦਾਣੇ ਵਾਲਾ ਉਦਾਂ ਹੀ ਜਿਵੇਂ ਸਰੋਂ ਦੇ ਦਾਣੇ ਹੁੰਦੇ ਆ ਨਾ ਉਦਾਂ ਦਾ ਹੀ ਇਹਦਾ ਬੀ ਹੁੰਦਾ ਥੋੜਾ ਹੀ ਫਰਕ ਹੁੰਦਾ ਜ਼ਿਆਦਾ ਕੋਈ ਖਾਸ ਫਰਕ ਨਹੀਂ ਹੁੰਦਾ ਤੇ ਫਾਇਦੇ ਬਹੁਤ ਹੁੰਦੇ ਨੇ ਆਪਣੇ ਸਰੀਰ ਵਾਸਤੇ ਇਹਦੇ ਤੇ ਇਹ ਆਪਾਂ ਤੋੜ ਕੇ ਲੈ ਕੇ ਆਏ ਜੀ ਕੁਝ ਪੈਲੀ ਦੇ ਵਿੱਚੋਂ ਤੇ ਕੁਝ ਸਾਡੇ ਗਾਰਡਨ ਦੇ ਵਿੱਚ ਵੀ ਉੱਗਿਆ ਸੀ ਆਪਾਂ ਤੁਹਾਨੂੰ ਉਦੋਂ ਦੱਸਿਆ ਸੀ ਜਦੋਂ ਬੀਜ ਬੀਜੇ ਸਾਰੇ ਵੀ ਆਪਾਂ ਤਾਰਾਮੀਰਾ ਵੀ ਲਾਇਆ ਫਿਰ ਬਾਰਿਸ਼ ਕਰਕੇ ਜਿਹੜੇ ਜ਼ਿਆਦਾ ਬੂਟੇ ਖਰਾਬ ਹੋ ਗਏ ਕੁਝ ਕੁਝ ਬੂਟੇ ਜਿਹੜੇ ਉੱਗੇ ਸੀਗੇ ਤੇ ਕੁਝ ਬੂਟੇ ਪੱਕ ਚੁੱਕੇ ਨੇ ਤੇ ਕੁਝ ਜਿਵੇਂ ਆ ਛੋਟੇ ਛੋਟੇ ਬੂਟੇ ਸੀ ਆਪਾਂ ਤੋੜ ਲਿਆ ਜਿਹੜੀ ਇਹਦੀ ਅੱਜ ਬਣਾਉਣੀ ਹੈ ਜੀ ਆਪਾਂ ਭੁਰਜੀ ਭੁਰਜੀ ਬਣਾਉਣ ਵਾਸਤੇ ਇਦਾਂ ਛੋਟੇ ਛੋਟੇ ਹੀ ਇਹਦੇ ਪੌਦੇ ਜਿਹੜੇ ਚਾਹੀਦੇ ਜਿਵੇਂ ਕੂਲਾ ਕੂਲਾ ਜਿਹਨੂੰ ਕਹਿ ਸਕਦੇ ਨਾ ਆਪਾਂ ਕੂਲਾ ਕੂਲਾ ਤਾਰਾਮੀਰਾ ਆਪਾਂ ਨੂੰ ਚਾਹੀਦਾ ਵੈਸੇ ਸਾਗ ਦੇ ਤੌਰ ਤੇ ਵੀ ਖਾਧਾ ਜਾਂਦਾ ਕਈ ਲੋਕ ਇਹਨੂੰ ਸਾਗ ਦੇ ਵਿੱਚ ਪਾ ਕੇ ਵੀ ਖਾਂਦੇ ਨੇ ਕਈ ਲੋਕ ਇਹਦੀ ਸਬਜ਼ੀ ਵੀ ਬਣਾਉਂਦੇ ਨੇ ਕਈ ਲੋਕ ਇਹਦੀ ਭੁਰਜੀ ਬਣਾਉਂਦੇ ਨੇ ਵੀ ਇਹ ਹਰ ਤਰੀਕੇ ਨਾਲ ਖਾਣ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਆ ਖਾਣਾ ਬਹੁਤ ਜ਼ਰੂਰੀ ਆ ਤੇ ਕਈ ਲੋਕ ਜਿਹੜਾ ਇਹਨੂੰ ਸੈਲਡ ਦੇ ਵਿੱਚ ਵੀ ਖਾਂਦੇ ਨੇ ਤੇ ਆਪਾਂ ਇਹ ਕਿਨੇ ਕਿਹੜੇ ਦੁੱਖ ਵਾਸਤੇ ਖਾ ਸਕਦੇ ਹੋ ਆਪਾਂ ਤੁਹਾਨੂੰ ਵੀਡੀਓ 'ਚ ਸਾਰਾ ਦੱਸਾਂਗੇ ਤੇ ਵੀਡੀਓ ਜਿਹੜੀ ਹੈ ਜੀ ਪੂਰੀ ਵਾਚ ਕਰਨੀ ਹੈ ਤੁਸੀਂ ਪੂਰੀ ਧਿਆਨ ਨਾਲ ਦੇਖਣੀ ਹੈ ਵੀਡੀਓ ਫਿਰ ਵੀਡੀਓ ਦੇਖ ਕੇ ਫਿਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰ ਦਿਓ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹ ਕਿਹੜੇ ਕਿਹੜੇ ਦੁੱਖ ਵਾਸਤੇ ਜਿਹੜਾ ਤਾਰਾਮੀਰਾ ਖਾਧਾ ਜਾਂਦਾ ਤੇ ਕੀ ਆਪਣੇ ਸਰੀਰ ਵਾਸਤੇ ਦੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਜਿਵੇਂ ਆਮ ਹੀ ਕਈਆਂ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਖਾਰਜ ਖੁਜਲੀ ਦੀ ਜਿਹਨੂੰ ਆਪਾਂ ਖੁਰਕ ਵੀ ਬੋਲਦੇ ਹਾਂ ਪੰਜਾਬੀ ਦੇ ਵਿੱਚ ਕਈਆਂ ਨੂੰ ਸਕਿਨ ਪ੍ਰੋਬਲਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਸਕਿਨ ਪ੍ਰੋਬਲਮ ਹੋਈ ਹੁੰਦੀ ਹੈ ਉਹਦੇ ਵਾਸਤੇ ਤਾਰਾਮੀਰਾ ਬਹੁਤ ਜ਼ਿਆਦਾ ਫਾਇਦੇਮੰਦ ਆ ਇਹਦੀ ਭੁਰਜੀ ਬਣਾ ਕੇ ਤੁਸੀਂ ਹਫ਼ਤੇ 'ਚ ਦੋ ਵਾਰੀ ਖਾਓ ਤੇ ਜਿਹੜੀ ਤੁਹਾਡੀ ਕੋਈ ਵੀ ਪੁਰਾਣੀ ਤੋਂ ਪੁਰਾਣੀ ਖਾਰਜ ਖੁਜਲੀ ਆ ਚਾਹੇ ਲੱਤਾਂ ਦੇ ਕੋਈ ਪ੍ਰੋਬਲਮ ਆ ਜ਼ਖਮ ਵਗੈਰਾ ਚਾਹੇ ਬਾਹਾਂ ਤੇ ਕਈਆਂ ਨੂੰ ਹੱਥਾਂ ਤੇ ਹੁੰਦੀ ਆ ਕਿਸੇ ਵੀ ਪ੍ਰਕਾਰ ਦੀ ਜਿਹੜੀ ਖਾਰਿਸ਼ ਖੁਜਲੀ ਚਾਹੇ ਜਿਵੇਂ ਖੁਰਕ ਜਿਹਨੂੰ ਕਹਿ ਸਕਦੇ ਆ ਆਪਾਂ ਸਕਿਨ ਪ੍ਰੋਬਲਮ ਆ ਉਹ ਜਿਹੜੀ ਠੀਕ ਹੋ ਜਾਏਗੀ ਇਹਦੀ ਇੱਕ ਭੁਰਜੀ ਖਾਣ ਦੇ ਨਾਲ ਜੇ ਤੁਸੀਂ ਭੁਰਜੀ ਨਹੀਂ ਖਾਣੀ ਹੈਗੀ ਤੇ ਤੁਸੀਂ ਇਹਦਾਂ ਸੈਲਡ ਦੇ ਵਾਂਗੂ ਵੀ ਜਿਵੇਂ ਆਪਾਂ ਤੁਸੀਂ ਰੋਟੀ ਖਾਣੇ ਹੋ ਤਾਂ ਉਹਦੇ ਨਾਲ ਤੁਸੀਂ 4-5 ਪੱਤੇ ਜਿਹੜੇ ਆ ਡੇਲੀ ਲੈ ਸਕਦੇ ਹੋ ਵੀ ਕਿਸੇ ਵੀ ਤਰੀਕੇ ਤੁਸੀਂ ਖਾ ਸਕਦੇ ਹੋ ਇਹਨਾਂ ਵੀ ਜਿਹੜਾ ਆਪਾਂ ਸੈਲਡ ਖਾਵਾਂਗੇ ਚਾਹੇ ਸਲਾਦ ਜਿਹਨੂੰ ਆਪਾਂ ਕਹਿੰਦੇ ਆ ਉਹ ਥੋੜਾ ਖਾਣਾ ਔਖਾ ਹੁੰਦਾ ਕਿਵੇਂ ਵੀ ਇਹ ਥੋੜਾ ਜਿਹਾ ਕੜੱਕਣ ਮਾਰਦਾ ਵਾ ਤੇ ਦੂਜੇ ਨੰਬਰ ਤੇ ਕਈਆਂ ਦੇ ਜਿਵੇਂ ਫੇਸ ਖਰਾਬ ਹੋ ਜਾਂਦਾ ਵਾ ਬੜੇ ਪਿੰਪਲ ਜਿਹੇ ਹੁੰਦੇ ਆ ਫਿੰਸੀਆਂ ਨਿਕਲ ਆਉਂਦੀਆਂ ਮੂੰਹ ਦੇ ਉੱਤੇ ਮੂੰਹ ਜਿਹੜਾ ਹੈ ਬੇਰੰਗਾ ਜਿਹਾ ਹੋ ਜਾਂਦਾ ਵਾ ਵੀ ਇਹ ਦਾਣੇ ਦਾਣੇ ਜਿਹੇ ਨਿਕਲੇ ਹੁੰਦੇ ਉਹਦੇ ਵਾਸਤੇ ਵੀ ਇਹ ਜਿਹੜਾ ਬਹੁਤ ਜ਼ਿਆਦਾ ਫਾਇਦੇਮੰਦ ਆ ਇਹਦਾ ਤੇਲ ਵੀ ਮਿਲਦਾ ਤੁਸੀਂ ਉਹ ਵੀ ਫੇਸ ਦੇ ਉੱਤੇ ਲਗਾ ਸਕਦੇ ਹੋ ਉਹਦੇ ਨਾਲ ਵੀ ਤੁਹਾਡੇ ਜਿਹੜੇ ਪਿੰਪਲ ਵਗੈਰਾ ਬਿਲਕੁਲ ਠੀਕ ਹੋ ਜਾਣਗੇ ਜੇ ਦੀ ਪ੍ਰੋਬਲਮ ਵਾਸਤੇ ਵੀ ਇਹ ਜਿਹੜਾ ਬਹੁਤ ਫਾਇਦੇਮੰਦ ਆ ਉਹਦੇ ਵਾਸਤੇ ਤੁਸੀਂ ਇਹਦੇ ਦਾਣਿਆਂ ਦਾ ਜਿਹੜਾ ਪਾਊਡਰ ਬਣਾ ਲੈਣਾ ਉਹ ਅੱਧਾ ਚਮਚ ਤੁਸੀਂ ਲੈਣਾ ਪਾਊਡਰ ਤੇ ਅੱਧਾ ਚਮਚ ਤੁਸੀਂ ਕਾਲਾ ਨਮਕ ਲੈ ਕੇ ਤੇ ਉਦਾਂ ਤੁਸੀਂ ਸੇਵਨ ਕਰੋਗੇ ਤੇ ਹੈਜੇ ਦੀ ਪ੍ਰੋਬਲਮ ਜਿਹੜੀ ਉਹ ਬਿਲਕੁਲ ਠੀਕ ਹੋ ਜਾਏਗੀ ਤੇ ਇਹਦਾ ਜਿਹੜਾ ਤੇਲ ਵੀ ਤੁਹਾਨੂੰ ਪਤਾ ਬਾਜ਼ਾਰ 'ਚੋਂ ਮਿਲਦਾ ਵਾ ਇਹਦਾ ਤੇਲ ਜਿਹੜਾ ਤੁਸੀਂ ਜਿਵੇਂ ਕਈਆਂ ਨੂੰ ਸਿਰ ਦੇ ਵਿੱਚ ਖਾਰਸ਼ ਹੁੰਦੀ ਆ ਚਾਹੇ ਦਾਣੇ ਜੇ ਬਣ ਜਾਂਦੇ ਆ ਨਾ ਜਿਵੇਂ ਜ਼ਖਮ ਜੇ ਬਣ ਜਾਂਦੇ ਕਈਆਂ ਦੇ ਖਾਰਸ਼ ਕਰਕੇ ਜਿਹਨੂੰ ਆਪਾਂ ਖੁਸ਼ਕੀ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਜੇ ਤੁਸੀਂ ਤਾਰਾਮੀਰਾ ਦਾ ਤੇਲ ਯੂਜ਼ ਕਰੋਗੇ ਤੇ ਉਹਦੇ ਨਾਲ ਜਿਹੜੀ ਤੁਹਾਡੀ ਖੁਸ਼ਕੀ ਉਹ ਬਿਲਕੁਲ ਖਤਮ ਹੋ ਜਾਏਗੀ ਸਿਰ ਦੀ ਵੀ ਕਿਉਂਕਿ ਇਹਦਾ ਤੇਲ ਜਿਹੜਾ ਉਹ ਐਂਟੀ ਆਕਸੀਡੈਂਟ ਹੁੰਦਾ ਵਾ ਐਂਟੀ ਬੈਕਟੀਰੀਆ ਹੁੰਦਾ ਵਾ ਇਸ ਕਰਕੇ ਜਿਹੜੀ ਕੈਂਸਰ ਦੀ ਪ੍ਰੋਬਲਮ ਤੱਕ ਨੂੰ ਵੀ ਠੀਕ ਕਰਦਾ ਹੈ ਤਾਰਾਮੀਰਾ ਜਿਹੜਾ ਆਪਣਾ ਬਣਾਉਣ ਦਾ ਮੇਨ ਮਕਸਦ ਆਪਣਾ ਕਾਰਨ ਆ ਬਣਾਉਣ ਦਾ
ਕਿ ਇਹ ਕੈਂਸਰ ਦੀ ਬਿਮਾਰੀ ਨੂੰ ਵੀ ਠੀਕ ਕਰਦਾ ਵਾ ਤੇ ਇਹਦਾ ਸੇਵਨ ਕਰਨ ਵਾਲਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਤੁਸੀਂ ਇਹਨੂੰ ਸਲਾਦ ਦੇ ਵਿੱਚ ਵੀ ਲੈ ਸਕਦੇ ਹੋ ਤੁਸੀਂ ਇਹਦਾ ਸਾਗ ਵੀ ਬਣਾ ਕੇ ਖਾ ਸਕਦੇ ਹੋ ਤੇ ਇਹਦੀ ਭੁਰਜੀ ਵੀ ਬਣਾ ਕੇ ਖਾ ਸਕਦੇ ਹੋ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਇਹਦੀ ਤਾਰਾਮੀਰਾ ਦੀ ਭੁਰਜੀ ਉਹਦੇ ਵਿੱਚ ਤੁਸੀਂ ਆਲੂ ਪਾ ਲਓ ਤੁਹਾਡੀ ਮਰਜ਼ੀ ਹੈ ਜੇ ਨਹੀਂ ਤੁਹਾਡੀ ਮਰਜ਼ੀ ਤੇ ਤੁਸੀਂ ਬਿਨਾਂ ਆਲੂਆਂ ਤੋਂ ਵੈਸੇ ਤੁਸੀਂ ਬਣਾ ਕੇ ਖਾ ਸਕਦੇ ਹੋ ਜਿਵੇਂ ਕੋਈ ਸਿਆਣਾ ਖਾ ਰਿਹਾ ਅਸੀਂ ਇਹਨੂੰ ਜਿਹੜਾ ਭੁਰਜੀ ਨੂੰ ਇਸ ਤਰ੍ਹਾਂ ਬਣਾਉਣਾ ਕਿ ਬੱਚਿਆਂ ਨੂੰ ਵੀ ਅਸੀਂ ਖਵਾਈਏ ਤਾਂ ਕਿ ਥੋੜਾ ਬਹੁਤਾ ਉਹਨਾਂ ਦੇ ਅੰਦਰ ਜਾਵੇ ਕਿਉਂਕਿ ਜਿਵੇਂ ਨਿੰਮ ਕਹਿੰਦੇ ਆ ਨਾ ਭਾਵੇਂ ਚਮਚਾ ਚਮਚਾ ਹੀ ਪੀਵੋ ਅੰਦਰੋਂ ਜਿਹੜੀ ਹੈ ਬਿਲਕੁਲ ਠੀਕ ਕਰ ਦਿੰਦੀ ਹੈ ਬੈਕਟੀਰੀਆ ਜਿਹੜੇ ਉਹ ਸਾਰੇ ਮਾਰ ਦਿੰਦੀ ਹੈ ਇਸੇ ਤਰ੍ਹਾਂ ਇਹ ਤਾਰਾਮੀਰਾ ਜੀ ਤਾਰਾਮੀਰਾ ਦੀ ਭੁਰਜੀ ਬਣਾਉਣ ਵਾਸਤੇ ਆਪਾਂ ਜਿਹੜਾ ਜਿਹੜਾ ਸਮਾਨ ਆਪਾਂ ਲਿਆ ਉਹ ਤੁਹਾਨੂੰ ਦੱਸ ਦਿੰਦੇ ਆ ਇਹ ਆਪਾਂ ਤਾਰਾਮੀਰਾ ਵਾਸ਼ ਕਰ ਲਿਆ ਚੰਗੀ ਤਰ੍ਹਾਂ ਸੁੱਕ ਚੁੱਕਾ ਹੈ ਦੀ ਆਪਾਂ ਕਟਿੰਗ ਕਰ ਲੈਂਦੇ ਆ ਤੇ ਬਾਕੀ ਜਿਹੜਾ ਆਪਾਂ ਸਮਾਨ ਲਿਆ ਉਹ ਤੁਹਾਨੂੰ ਦੱਸਦੇ ਆ ਭੁਰਜੀ ਵਾਸਤੇ ਆਪਾਂ ਇਹ ਦੇਖੋ ਇੱਕ ਆਲੂ ਕੱਟ ਲਿਆ ਇਹਨੂੰ ਆਪਾਂ ਬਰੀਕ ਬਰੀਕ ਟੁਕੜਿਆਂ ਦੇ ਵਿੱਚ ਕੱਟ ਲਿਆ ਤੇ ਇਹ ਆਪਾਂ ਲਸਣ ਲਿਆ ਜੀ ਦੋ ਹਰੀਆਂ ਮਿਰਚਾਂ ਕੱਟ ਲੀਆਂ ਇੱਕ ਆਪਾਂ ਟਮਾਟਰ ਲਿਆ ਤੇ ਇੱਕ ਇਹ ਪਿਆਜ਼ ਆਪਾਂ ਕੱਟ ਲਿਆ ਰਫਲੀ ਦੇਖੋ ਇਦਾਂ ਦਾ ਆਪਾਂ ਇਹਨੂੰ ਪਿਆਜ਼ ਨੂੰ ਕੱਟ ਲਿਆ ਤੁਸੀਂ ਇਹਦੇ ਵਿੱਚ ਚਾਹੋ ਤੇ ਲਸਣ ਪਾ ਸਕਦੇ ਹੋ ਜੇ ਨਹੀਂ ਤੇ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਅਦਰਕ ਵਗੈਰਾ ਵੀ ਇਹਦੇ ਵਿੱਚ ਆਪਾਂ ਨਹੀਂ ਪਾਉਣਾ ਕਿਉਂਕਿ ਇਹ ਗਰਮ ਹੁੰਦਾ ਵਾ ਤੇ ਇਹਦੇ ਜਿਹੜੇ ਨੁਕਸਾਨ ਆ ਉਹ ਆਪਾਂ ਵੀਡੀਓ ਦੇ ਐਂਡ ਤੇ ਦੱਸਦੇ ਆ ਪਹਿਲਾਂ ਹੁਣ ਇਹਨੂੰ ਬਣਾਉਣ ਦੀ ਸ਼ੁਰੂਆਤ ਕਰਦੇ ਆ ਇਹ ਆਪਾਂ ਸਾਰੀ ਕਟਿੰਗ ਕਰ ਲਈ ਆ ਤੇ ਤਾਰਾਮੀਰਾ ਦੀ ਆਪਾਂ ਕਟਿੰਗ ਕਰ ਲੈਂਦੇ ਆ ਤੇ ਤਾਰਾਮੀਰਾ ਆਪਾਂ ਦੇਖੋ ਕੱਟ ਲਿਆ ਸਾਰਾ ਇਹ ਆਪਾਂ ਢੱਕ ਕੇ ਤਾਂ ਰੱਖਿਆ ਸੱਪ ਵਾਂਗ ਕਿਉਂਕਿ ਹਵਾ ਬਹੁਤ ਚੱਲਦੀ ਹੈ ਤੇ ਸਾਰਾ ਉੱਡੀ ਜਾ ਰਿਹਾ ਤੁਸੀਂ ਦੇਖੋ ਸਾਰਾ ਉੱਡ ਗਿਆ ਤਾਰਾਮੀਰਾ ਕੱਟ ਦਿਆਂ ਇੱਧਰ ਆਪਾਂ ਤੇਲ ਗਰਮ ਰੱਖ ਲਿਆ ਤੇਲ ਵੀ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਰਾਈ ਤੇ ਇੱਕ ਚਮਚ ਪਾ ਦਾਂਗੇ ਆਪਾਂ ਜੀਰਾ ਤੇ ਅੱਧਾ ਚਮਚ ਪਾ ਦਾਂਗੇ ਇਹਦੇ ਵਿੱਚ ਆਪਾਂ ਸੁੱਕਾ ਧਨੀਆ ਤੁਹਾਨੂੰ ਇਹ ਸੁੱਕੇ ਮਸਾਲੇ ਭੁੱਜਣ ਦੇ ਨਾਲ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਲਸਣ ਜਿਹੜਾ ਆਪਾਂ ਕੱਟ ਕੇ ਲਿਆ ਹੁਣ ਲਸਣ ਭੁੱਜਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਤੇ ਪਿਆਜ਼ ਵੀ ਆਪਾਂ ਇਹ ਚੰਗੀ ਤਰ੍ਹਾਂ ਬਰਾਊਨ ਕਰ ਲੈਂਦੇ ਹਾਂ ਅੱਜ ਸੇਕ ਬਹੁਤ ਘੱਟ ਲੱਗਣ ਦੇ ਆ ਕਿਉਂਕਿ ਹਵਾ ਬਹੁਤ ਅੱਗ ਤੇ ਮੱਚਦੀ ਪਈ ਆ ਪਰ ਹਵਾ ਦੇ ਨਾਲ ਹੀ ਐ ਉੱਡਦਾ ਜਾ ਰਿਹਾ ਸੇਕ ਜੋ ਆਪਣਾ ਪਿਆਜ਼ ਜਿਹੜਾ ਬਰਾਊਨ ਹੋ ਚੁੱਕਾ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਹਰੀ ਮਿਰਚ ਆਪਾਂ ਇਹਨਾਂ ਨੂੰ ਵੀ ਭੁੰਨ ਲੈਂਦੇ ਹਾਂ ਹੁਣ ਟਮਾਟਰ ਵੀ ਆਪਣੇ ਜਿਹੜੇ ਨਰਮ ਹੋ ਚੁੱਕੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਲੂ ਤੇ ਆਲੂ ਆਪਾਂ ਥੋੜੀ ਦੇਰ ਭੁੰਨ ਲੈਂਦੇ ਆ ਤਾਂ ਕਿ ਥੋੜੇ ਜਿਹੇ ਆਲੂ ਨਰਮ ਹੋ ਜਾਣ ਤੇ ਫਿਰ ਆਪਾਂ ਇਹਦੇ ਵਿੱਚ ਤਾਰਾਮੀਰਾ ਦੇ ਪੱਤੇ ਪਾਵਾਂਗੇ ਕਈ ਲੋਕ ਤਾਰਾਮੀਰਾ ਨੂੰ ਉਬਾਲ ਕੇ ਵੀ ਬਣਾਉਂਦੇ ਆ ਵੀ ਥੋੜੀ ਉਹਦੀ ਕੜਕਣ ਲਾਉਂਦੇ ਆ ਬਟ ਆਪਾਂ ਨਹੀਂ ਇਹਨੂੰ ਉਬਾਲ ਕੇ ਬਣਾ ਰਹੇ ਉਹਦੇ ਨਾਲ ਥੋੜੀ ਜਿਹੀ ਘੱਟ ਖਾ ਲਾਂਗੇ ਥੋੜੀ ਥੋੜੀ ਵੈਸੇ ਵੀ ਆਉਣੀ ਆਪਾਂ ਇੰਨੀ ਕੁ ਬਣਾ ਰਹੇ ਇੱਕ ਦਵਾਈ ਦੇ ਤੌਰ ਤੇ ਇਹਨੂੰ ਜਿਹੜੀ ਭੁਰਜੀ ਨੂੰ ਆਪਾਂ ਬਣਾਉਣਾ ਜਿਵੇਂ ਆਪਾਂ ਤੁਹਾਨੂੰ ਭਖੜੇ ਦੀ ਭੁਰਜੀ ਦੱਸਿਆ ਸੀ ਨਾ ਉਹ ਵੀ ਬਹੁਤ ਆਪਣੇ ਸਰੀਰ ਵਾਸਤੇ ਫਾਇਦੇਮੰਦ ਹੁੰਦੀ ਆ ਤੇ ਇਹ ਵੀ ਜਿਹੜੀ ਦਵਾਈ ਦੇ ਰੂਪ ਚ ਤੁਸੀਂ ਖਾਣੀ ਆ ਨਹੀਂ ਕਿ ਜਿਵੇਂ ਆਪਾਂ ਹੋਰ ਸਬਜ਼ੀ ਖੁੱਲੀ ਖਾਂਦੇ ਆ ਰੱਜ ਰੱਜ ਕੇ ਉਦਾਂ ਨਹੀਂ ਤੇ ਆਲੂ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਿਉਂ ਪਾ ਰਹੇ ਹਾਂ ਵੀ ਬੱਚਿਆਂ ਨੂੰ ਵੀ ਆਪਾਂ ਲਾਲਚ ਦੇ ਕੇ ਖਵਾਉਣਾ ਵਾ ਵਿੱਚ ਭਾਵੇਂ ਆਲੂ ਆਲੂ ਥੋੜੇ ਜਿਹੇ ਕੱਟ ਕੇ ਦਈਏ ਨਾਲ ਉਹਦੇ ਥੋੜੇ ਬਹੁਤ ਪੱਕੇ ਦੇ ਖਾਣਗੇ ਉਦਾਂ ਉਹਨਾਂ ਨੇ ਮੂੰਹ ਹੀ ਨਹੀਂ ਲਾਉਣਾ ਇਹਨੂੰ ਤੇ ਆਲੂ ਆਪਣੇ ਜਿਹੜੇ ਨਰਮ ਹੋ ਚੁੱਕੇ ਆ ਹੁਣ ਆਪਾਂ ਖੋਲਦੇ ਹਾਂ ਜੀ ਆਪਣਾ ਪਟਾਰਾ ਤਾਰਾਮੀਰੇ ਦਾ ਹੁਣ ਆਪਾਂ ਇਹ ਜਿਹੜਾ ਤਾਰਾਮੀਰੇ ਦੇ ਪੱਤੇ ਆ ਸਾਰੇ ਇਹਦੇ ਵਿੱਚ ਪਾ ਦਿੰਦੇ ਹਾਂ ਇਹ ਤਾਰਾਮੀਰਾ ਦੇ ਪੱਤੇ ਵੀ ਆਪਾਂ ਥੋੜੇ ਜਿਹੇ ਪਹਿਲਾਂ ਭੁੰਨ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਵਗੈਰਾ ਤਾਂ ਕਿ ਥੋੜੀ ਜਿਹੀ ਕੜਕਣ ਜਿਹੜੀ ਆਪਾਂ ਭੁੰਨ ਕੇ ਇਹਦੀ ਮਾਰ ਦੇਣੀ ਹੈ ਤੇ ਇੱਕ ਡੇਢ ਮਿੰਟ ਹੋ ਗਿਆ ਜੀ ਇਹਨੂੰ ਆਪਾਂ ਤਾਰਾਮੀਰੇ ਨੂੰ ਵੀ ਭੁੰਨ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਇਹ ਹਲਦੀ ਪਾਊਡਰ ਪਾਤਾ ਆਪਾਂ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਗਰਮ ਮਸਾਲਾ ਇਹ ਲਾਲ ਮਿਰਚ ਪਾਊਡਰ ਤੇ ਨਮਕ ਆਪਾਂ ਸਵਾਦ ਅਨੁਸਾਰ ਪਾ ਦਾਂਗੇ ਇਹਦੇ ਵਿੱਚ ਹੁਣ ਇਹ ਸਾਰੇ ਮਸਾਲੇ ਮਿਕਸ ਕਰ ਦਿੰਨੇ ਆਪਾਂ ਇਹਦੇ ਇਹਦੇ ਵਿੱਚ ਕੋਈ ਪਾਣੀ ਪੂਣੀ ਦੀ ਜ਼ਰੂਰਤ ਨਹੀਂ ਆਪਾਂ ਨੂੰ ਬਸ ਇਹਨੂੰ ਇਦਾਂ ਹੀ ਆਪਾਂ ਮੱਠੀ ਮੱਠੀ ਸੇਕ ਤੇ ਬਣਾਉਣਾ ਜਿਵੇਂ ਆਪਾਂ ਮੇਥੀ ਦੀ ਭੁਰਜੀ ਬਣਾਉਂਦੇ ਹਾਂ ਇਦਾਂ ਹੀ ਆਪਾਂ ਇਹਨੂੰ ਬਣਾਉਣਾ
ਤੇ ਆਪਾਂ ਚੈਨਲ ਤੇ ਹੋਰ ਭੁਰਜੀਆਂ ਬਹੁਤ ਬਣਾ ਕੇ ਪਾਈਆਂ, ਜਿਵੇਂ ਭੱਕੜੇ ਦੀ ਭੁਰਜੀ ਆ, ਬਾਥੂ ਦੀ ਭੁਰਜੀ ਆ, ਇਹ ਹਾਲੋਂ ਦੀ ਭੁਰਜੀ ਆ। ਇਹ ਸਾਰੀਆਂ ਜਿਹੜੀਆਂ ਆਪਣੇ ਸਰੀਰ ਵਾਸਤੇ ਫਾਇਦੇਮੰਦ ਆ, ਸੀਜ਼ਨਲ ਚੀਜ਼ਾਂ ਹੁੰਦੀਆਂ ਨੇ, ਤੇ ਤੁਸੀਂ ਸਾਰੀਆਂ ਇਹ ਵੀਡੀਓ ਜਾ ਕੇ ਮੇਰੇ ਚੈਨਲ ਤੇ ਵੇਖ ਸਕਦੇ ਹੋ ਵੀ ਕਿਹੜੀ ਕਿਹੜੀ ਪ੍ਰੋਬਲਮ ਵਾਸਤੇ ਆਪਾਂ ਜਿਹੜੀਆਂ ਭੁਰਜੀਆਂ ਖਾ ਸਕਦੇ ਹਾਂ। ਹੁਣ ਇਹਨੂੰ ਆਪਾਂ ਢੱਕ ਕੇ ਰੱਖ ਦਿੰਦੇ ਹਾਂ ਤੇ ਮੱਠੇ ਮੱਠੇ ਸੇਕ ਤੇ ਜਦੋਂ ਇਹ ਭੁਰਜੀ ਸਾਰੀ ਬਣ ਗਈ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਤੇ ਫਿਰ ਆਪਾਂ ਤੁਹਾਨੂੰ ਇਹ ਵੀ ਦੱਸ ਦੇ ਵੀ ਇਹਦੇ ਨੁਕਸਾਨ ਕੀ ਨੇ। ਤੇ ਭੁਰਜੀ ਬਣਦੀ ਨੂੰ ਆਪਣੀ ਨੂੰ 10 ਮਿੰਟ ਹੋ ਗਏ। ਦੇਖੋ ਮੱਠੇ ਮੱਠੇ ਸੇਕ ਤੇ ਭੁਰਜੀ ਆਪਣੀ ਬਿਲਕੁਲ ਬਣ ਚੁੱਕੀ ਆ। ਆਲੂ ਵੀ ਦੇਖੋ ਬਿਲਕੁਲ ਨਰਮ ਹੋ ਚੁੱਕੇ, ਤਾਂ ਹੁਣ ਇਹਨੂੰ ਆਪਾਂ ਕੱਢ ਲੈਂਦੇ ਡੋਂਗੇ 'ਚ। ਤੇ ਲਓ ਜੀ ਆਪਣੀ ਤਾਰੇ ਮੇਰੇ ਦੀ ਭੁਰਜੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਇਹਨੂੰ ਆਪਾਂ ਗਾਰਨਿਸ਼ ਕਰਾਂਗੇ ਜੀ ਘਰ ਦੇ ਬਣੇ ਮੱਖਣ ਦੇ ਨਾਲ। ਤੇ ਲਓ ਜੀ ਇਹ ਖਾਣ ਵਾਸਤੇ ਬਿਲਕੁਲ ਤਿਆਰ ਆ, ਬਹੁਤ ਟੇਸਟੀ ਲੱਗਦੀ ਆ। ਵੈਸੇ ਖਾਣ 'ਚ ਥੋੜੀ ਜਿਹੀ ਕੜਕਣ ਹੁੰਦੀ ਹੈ ਜੇ ਤੁਸੀਂ ਭੁੰਨ ਲਓ, ਫਿਰਨੀ ਹੈ ਇੰਨਾ ਵਾ ਵੀ ਸਲਾਦ ਖਾਣਾ ਥੋੜਾ ਜਿਹਾ ਔਖਾ, ਭੁਰਜੀ 'ਚ ਸਾਗ ਖਾਣਾ ਇਹਦਾ ਕੋਈ ਔਖਾ ਨਹੀਂ ਹੈ। ਕਈ ਲੋਕ ਤੇ ਇਹਨੂੰ ਸਾਗ ਦੇ ਵਿੱਚ ਪਾ ਕੇ ਵੀ ਬਣਾਉਂਦੇ ਆ, ਜਿਵੇਂ ਆਪਾਂ ਬੂਟੀਆਂ ਵਾਲਾ ਸਾਗ ਬਣਾਉਂਦੇ ਹਾਂ ਨਾ, ਤੇ ਇੱਦਾਂ ਇਹਦੇ ਵਿੱਚ ਤਾਰੇ ਮੇਰੇ ਦੀ ਭੁਰਜੀ ਪਾ ਕੇ ਵੀ ਬਣਾਉਂਦੇ ਆ। ਇਹਨੂੰ ਹੁਣ ਤੁਸੀਂ ਰੋਟੀ ਨਾਲ ਖਾਓ ਚਾਹੇ ਪਰੌਂਠੇ ਨਾਲ ਖਾਓ, ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਆ। ਤੇ ਜਿਹੜੇ ਆਪਾਂ ਇਹਦੇ ਨੁਕਸਾਨ ਬਾਰੇ ਦੱਸਿਆ ਉਹ ਕੋਈ ਖਾਸ ਇਹਦੇ ਨੁਕਸਾਨ ਨਹੀਂ ਹੈਗੇ, ਉਹ ਜਿਵੇਂ ਕਿਸੇ ਨੂੰ ਦਸਤ ਦੀ ਪ੍ਰੋਬਲਮ ਆ ਰਹਿੰਦੀ ਹੈ ਜ਼ਿਆਦਾਤਰ, ਜੇ ਤੁਸੀਂ ਤਾਰਾਮੀਰਾ ਦਾ ਜ਼ਿਆਦਾ ਸੇਵਨ ਕਰੋਗੇ ਤਾਂ ਉਹਦੇ ਨਾਲ ਦਸਤ ਦੀ ਪ੍ਰੋਬਲਮ ਜਿਹੜੀ ਉਹ ਜ਼ਿਆਦਾ ਵੱਧ ਸਕਦੀ ਉਹਦੀ। ਤੇ ਦੂਜੀ ਆ ਵੀ ਕਈਆਂ ਨੂੰ ਨਸੀਰ ਫੁੱਟਣ ਦੀ ਪ੍ਰੋਬਲਮ ਹੁੰਦੀ ਆ, ਉਹ ਵੀ ਤਾਰਾਮੀਰਾ ਦਾ ਜ਼ਿਆਦਾ ਸੇਵਨ ਕਰਨ ਦੇ ਨਾਲ ਜਿਹੜੀ ਉਹ ਪ੍ਰੋਬਲਮ ਵੱਧ ਸਕਦੀ ਆ। ਜਿਨ੍ਹਾਂ ਨੂੰ ਇਹੋ ਜਿਹੀ ਪ੍ਰੋਬਲਮ ਆ, ਕੋਈ ਦਿੱਕਤ ਆ ਚਾਹੇ ਕਿਸੇ ਚੀਜ਼ ਤੋਂ ਅਲਰਜੀ ਕਈਆਂ ਨੂੰ ਹੁੰਦੀ ਆ, ਉਹ ਤੁਸੀਂ ਡਾਕਟਰ ਨੂੰ ਪੁੱਛ ਕੇ ਚਾਹੇ ਕਿਸੇ ਆਪਦੇ ਵੈਦ ਨੂੰ ਪੁੱਛ ਕੇ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ। ਇਹ ਨਹੀਂ ਵੀ ਅਸੀਂ ਕਿਹਾ ਤੇ ਤੁਸੀਂ ਇਹਦਾ ਇਸਤੇਮਾਲ ਕਰ ਲੈਣਾ, ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਨੂੰ ਹਰੇਕ ਜਿਹੜੀ ਚੀਜ਼ ਆ ਉਹ ਜਿਹੜੀ ਰਾਸ ਉਹਦੀ ਬੋਡੀ ਨੂੰ ਆ ਜਾਵੇ। ਮੇਰੇ ਕੋਹਾਵਤ ਹੈਗੀ ਆ ਨਾ, ਕਿਸੇ ਨੂੰ ਮਾਂ ਵਾਦੀ ਤੇ ਕਿਸੇ ਨੂੰ ਸਵਾਦੀ, ਤੇ ਹੁਣ ਆਪਣੀ ਇਹ ਭੁਰਜੀ ਬਣ ਚੁੱਕੀ ਆ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਤਾਰਾਮੀਰਾ ਦੀ ਭੁਰਜੀ ਬਣਾਉਣ ਵਾਲੀ ਵੀਡੀਓ ਕਿੱਦਾਂ ਦੀ ਲੱਗੀ। ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰ ਦਿਓ। ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ ਮੇਰੇ ਚੈਨਲ ਰੂਪ ਬਲੌਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਬੈਲ ਬਟਨ ਦਬਾਉਣਾ ਨਾ ਭੁੱਲਿਆ ਕਰਨ, ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ। ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਜੀ ਐਂਡ ਤੇ ਗਰਮਾ ਗਰਮ ਤਾਰੇ ਮੀਰੇ ਦੀ ਭੁਰਜੀ ਖਾ ਕੇ ਕਰਦੇ ਇੰਜੋਏ। ਮਿਲਦੇ ਆ ਨੈਕਸਟ ਵੀਡੀਓ 'ਚ, ਤਦ ਤੱਕ ਲਈ ਬਾਏ।